साढ़े सत्कारियो मंत्री साहब साढ़े वड्डे भैन जी डॉक्टर बलजीत कौर जी पहुंच चुके हैं सारे वर्कर साहबान सारे अहदेदार साहबान सारे मुलाजम साहबान जिनी भी आवाम एकत्रित है सारी आवाम के वालों साढ़े सरकार योग भैन जी का बहुत बहुत धन्यवाद कि बहुत वड्डी जिहड़ी लड़ाई बड़ा वड्डा एक मसला सी साडे इलाके का जिन्हों उन्होंने आपदी कोशिशों सदका सर किया सारी जिनी भी धन्यवाद आई हुई टीम का तय दिलों धन्यवाद सारी आवाम करियो सारे पत्रकार साहबान परमजीत जी बड़े धक्के ना मारो परमजीत जी क्या बोल रहे हैं धक्के ना मारो आईडी रखा है आईडी रख रहा है मीडिया कर्मियों की आपने रिक्वेस्ट की है उन्होंने सारे ने कवर करना कोई साथी लाइव ना चलावे तुम अभी वीडियो रिकॉर्ड कर लो मेहरबानी सिद्धू साहब हेलो मैम मंत्री साहब हेलो जी पार्टी रखते थोड़े पिछे करा के और मैं कहांगी कि सारे ही मुख्य
ਅੰਮ੍ਰਿਤਸਰ ਮਲੋਟ ਔਰ ਆਸੇ ਪਾਸੇ ਦੇ ਗਿੱਦੜਵਾ ਜਾਂ ਜਿੰਨਾ ਵੀ ਹਲਕਾ ਲੱਗਦਾ ਜਿਹੜੇ ਲੋਕਾਂ ਦਾ ਵਾਹ ਪੈਂਦਾ ਸੀ ਉਹ ਸਾਰੇ ਹੀ ਇਸ ਲਈ ਵਧਾਈ ਦੇ ਪਾਤਰ। ਕਿੰਨੇ ਸਮੇਂ ਦੇ ਵਿੱਚ ਇਹ ਸੜਕ ਬਣ ਕੇ ਤਿਆਰ ਹੋ ਜਾਊਗੀ? ਇਹ ਸੜਕ ਦਾ ਜਿਹੜਾ ਨਿਸ਼ਚਿਤ ਸਮਾਂ ਹੈ ਉਹ 18 ਮਹੀਨੇ ਦਾ ਮੰਨਿਆ ਗਿਆ ਹੈ ਕਿ ਜਦੋਂ ਕੰਮ ਸ਼ੁਰੂ ਹੋਣਾ ਉਸ ਤੋਂ 18 ਮਹੀਨੇ ਬਾਅਦ ਇਹ ਜਿਹੜੀ ਸੜਕ ਹੈ 2-ਲੇਨ ਸੜਕ ਬਣੇਗੀ ਔਰ ਕੰਪਲੀਟ ਕਰਕੇ ਲੋਕਾਂ ਦੇ ਸਪੋਰਟ ਕਰ। ਕਿੰਨੀ ਰਾਸ਼ੀ ਖਰਚ ਆਏਗੀ, ਕਿੰਨੀ ਲੰਬਾਈ ਥੋੜ੍ਹਾ ਜਿਹਾ? ਤਕਰੀਬਨ ਕਹਿ ਲਓ ਕਿ 150 ਕਰੋੜ ਤੋਂ ਥੋੜ੍ਹਾ ਜਿਹਾ ਉੱਪਰ ਦਾ ਇਹ ਬਜਟ ਬਣਿਆ ਹੈ ਅਤੇ ਇਹਦੇ ਵਿੱਚ ਜਿਹੜੀ ਅਸੀਂ ਕਟਾਈ ਕਰਨ ਜਾ ਰਹੇ ਹਾਂ ਉਹ ਤਕਰੀਬਨ 3000 ਦਰਖਤ ਔਰ 29 ਕਿਲੋਮੀਟਰ ਦੀ ਇਹ ਸੜਕ ਹੈ। ਕਹਿ ਲਓ ਉਹੀ ਗੱਲ ਅਸੀਂ ਫਿਰ ਕਰਾਂਗੇ ਕਿ ਜਿਹੜਾ 1.5 ਘੰਟੇ ਦਾ ਵੀ ਸਫ਼ਰ ਸੀ ਲੋਕਾਂ ਨੂੰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਸੀ। ਸੋ ਅੱਜ ਇਹ ਬਹੁਤ ਖੁਸ਼ੀ ਦਾ ਸਮਾਂ ਸਾਰਿਆਂ ਨੂੰ ਧਰਨੇ ਮੁਜ਼ਾਹਰੇ ਕਰਨੇ ਸੀ ਤਾਂ ਉਹਨਾਂ ਸਰਕਾਰਾਂ ਦੇ ਖਿਲਾਫ ਕਰਨੇ ਸੀ ਜਿਹੜੇ ਘਰਾਂ 'ਚ ਬੈਠੇ ਰਹਿੰਦੇ ਸੀ, ਕਦੇ ਲੋਕਾਂ ਦੀ ਸਾਰ ਨਹੀਂ ਸੀ ਲੈਂਦੇ। ਔਰ ਜਦੋਂ ਅਸੀਂ ਵਾਰ ਵਾਰ ਮੇਰੇ ਕੋਲੋਂ ਹਰ ਮਹੀਨੇ ਪ੍ਰੈਸ ਰਿਪੋਰਟ ਮੰਗਦੇ ਸੀ ਕਿ ਅਪਡੇਟ ਹੈ ਸੜਕ ਦੀ ਖਾਸ ਕਰਕੇ, ਔਰ ਮੈਂ ਦੱਸਦੀ ਵੀ ਰਹੀ ਹੈ ਕਿ 15 ਜੂਨ ਨੂੰ ਸ਼ੁਰੂ ਹੋ ਜਾਏਗਾ ਔਰ ਸਾਨੂੰ ਖੁਸ਼ੀ ਦੀ ਗੱਲ ਹੈ ਕਿ 15 ਜੂਨ ਵੀ ਨਹੀਂ ਆਉਣੀ ਪਈ, ਉਸ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ। ਸੋ ਜਿਹੜੇ ਵੀ ਲੋਕਾਂ ਨੇ ਇਹੋ ਜਿਹੇ ਕੋਈ ਲੋਕਾਂ ਦੀ ਅਟਰੈਕਸ਼ਨ ਗੇਨ ਕਰਨ ਲਈ ਜਾਂ ਆਪਣੇ ਪਰਸਨਲ ਇੰਟਰਸਟ ਲਈ ਇਹੋ ਜਿਹੇ ਕੰਮ ਕੀਤੇ ਨੇ, ਬਿਲਕੁਲ ਬੇਤੁਕੇ ਕੰਮ। ਮੈਡਮ ਕਿੰਨੇ ਦਰਖਤਾਂ ਦੀ ਜਿਹੜੀ ਕਟਾਈ ਹੋਣੀ ਹੈ ਜੀ ਇਸ ਰੋਡ ਦੇ ਉੱਤੇ, ਟੋਟਲ ਕਿੰਨੇ ਦਰਖਤ? 3048 ਦਰਖਤ ਟੋਟਲ ਜਿਹੜੇ ਕਾਊਂਟ ਹੋਏ ਆ ਸੱਜੇ ਖੱਬੇ ਰਲਾ ਕੇ। 3000 ਦੇ ਕਰੀਬ ਦਰਖਤਾਂ ਦੀ ਕਟਾਈ ਹੋਏਗੀ, ਸੜਕ ਬਣੇਗੀ, ਚੌੜੀ ਵੀ ਹੋਏਗੀ ਔਰ ਮੈਨੂੰ ਲੱਗਦਾ ਬਹੁਤ ਜ਼ਿਆਦਾ ਰਾਹਤ। ਮੈਡਮ ਇੱਕ ਪਾਸੇ ਪੰਜਾਬ ਸਰਕਾਰ ਜਿਹੜੀ ਅਧਿਆਪਕਾਂ ਨੂੰ ਸਿੰਘਾਪੁਰ ਦੀ ਟ੍ਰੇਨਿੰਗ ਦੇ ਰਹੀ ਹੈਗੀ ਆ, ਦੂਜੇ ਪਾਸੇ ਵਿਦੇਸ਼ੀ ਤਕਨੀਕ ਨਾਲ ਦਰਖਤਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਟਰਾਂਸਪਲਾਂਟ ਕੀਤਾ ਜਾ ਸਕਦਾ ਹੈਗਾ, ਫਿਰ ਉਹ ਤਕਨੀਕ ਕਿਉਂ ਨਹੀਂ ਵਰਤੀ ਜਾ ਰਹੀ, ਕਿਉਂ ਬਲੀ ਲਈ ਜਾ ਰਹੀ ਇਹਨਾਂ ਦਰਖਤਾਂ ਦੀ? ਬਿਲਕੁਲ ਜੀ, ਜਿਵੇਂ ਕਹਿੰਦੇ ਹੁੰਦੇ ਨਾ ਕਿ ਹੌਲੀ ਹੌਲੀ ਸਾਰੇ ਕੰਮ ਸਿਰੇ ਚੜ੍ਹਦੇ ਨੇ, ਜਦੋਂ ਸਾਡੇ ਕੋਲ ਉਹ ਟੈਕਨੀਕ ਆ ਗਈ ਅਸੀਂ ਸਾਡਾ ਵੀ ਦਿਲ ਕਰਦਾ ਕਿ ਕੋਈ ਵੀ ਦਰਖਤ ਜਿਹੜਾ ਬਲੀ ਨਾ ਚੜ੍ਹਾਇਆ ਜਾਵੇ, ਕਿਉਂਕਿ ਕੌਣ ਚਾਹੁੰਦਾ ਕਿ ਅਸੀਂ ਬਦਨਾਮੀ ਕਰੀਏ? ਸਰਕਾਰ ਵੀ ਕਦੇ ਨਹੀਂ ਚਾਹੂਗੀ ਕਿ ਇਸ ਕੰਮ ਲਈ ਸਾਨੂੰ ਬਦਨਾਮੀ ਦਾ ਸਾਹਮਣਾ। ਜਦੋਂ ਹੀ ਇਹ ਟੈਕਨੀਕ ਸਾਡੇ ਕੋਲ ਆਉਂਦੀ ਹੈ ਅਸੀਂ। ਮੈਡਮ ਇਸ ਸੜਕ 'ਤੇ ਪਹਿਲਾਂ ਵੀ ਚਰਚਾ ਸੀ ਵੀ ਸਿਆਸੀ ਖੇਡ ਚੱਲ ਰਹੀ ਹੈ, ਦੋਵੇਂ ਧਿਰਾਂ ਜਿਹੜੀਆਂ ਕੇਂਦਰੀ ਹਕੂਮਤ ਹੈ ਪੰਜਾਬ ਹਕੂਮਤ ਇੱਕ ਦੂਜੇ ਨੂੰ ਕਾੜ ਛਿੱਟ ਰਹੀਆਂ, ਹੁਣ ਵੀ ਇਹ ਭਾਰਤਮਾਲਾ ਯੋਜਨਾ ਦੇ ਅਧੀਨ ਸੜਕ ਬਣਨੀ ਹੈ, ਪਰ ਲੋਕਾਂ ਨੂੰ ਖਰਚਾ ਹੈ ਵੀ ਇਹਦੀ ਕਟਾਈ ਤਾਂ ਸ਼ੁਰੂ ਹੋ ਜੂਗੀ, ਬਣਨੀ ਫਿਰ ਉਹਨਾਂ ਦੇ ਕੋਈ ਹੈ ਜੀ? ਬਿਲਕੁਲ, ਲੋਕ ਬੇਫਿਕਰ ਹੋ ਜਾਣਗੇ, ਸਾਰਾ ਕੰਮ ਅਪਡੇਟ ਕਰਕੇ ਅਸੀਂ ਫਿਰ ਹੀ ਇਨੋਗਰੇਸ਼ਨ ਕੀਤੀ ਹੈ, ਪੂਰੀ ਸੈਂਟਰ ਨਾਲ ਮੈਂ ਟਾਈ ਅਪ ਕਰਕੇ ਗੱਲਬਾਤ ਕਰਕੇ ਵੀ ਸਾਡੇ ਇਸ ਕੰਮ 'ਚ ਕਿਸੇ ਤਰ੍ਹਾਂ ਦੀ ਰੁਕਾਵਟ ਨਹੀਂ ਆਉਣੀ ਚਾਹੀਦੀ, ਜੇਕਰ ਕਿਸੇ ਤਰ੍ਹਾਂ ਦੀ ਰੁਕਾਵਟ ਆਉਂਦੀ ਵੀ ਹੈ ਤਾਂ ਭਾਵੇਂ ਸਾਨੂੰ ਇਸ ਖੇਤਰ ਕੋਲ ਜਾ ਕੇ ਆਪ ਕੰਮ 'ਤੇ ਉਹਨੂੰ ਸ਼ੁਰੂ ਕਰਾਉਣਾ ਪਵੇ, ਪਰ ਲੋਕਾਂ ਵੱਲੋਂ ਲੋਕਾਂ ਨੂੰ ਮੈਂ ਆਪਣੇ ਤੌਰ 'ਤੇ ਭਰੋਸਾ ਦਵਾਉਂਦੀ ਹਾਂ ਕਿ ਜੇ ਕੰਮ ਇੱਕ ਵਾਰ ਸ਼ੁਰੂ ਹੋ ਗਿਆ ਤਾਂ ਪੂਰੀ ਸੜਕ ਬਣ ਕੇ ਹੀ ਖਤਮ ਹੋਏ। ਮੈਡਮ ਸੜਕ ਤਾਂ ਬਣ ਗਈ ਪਰ 2 ਚੌਂਕ ਤੁਸੀਂ ਸ਼ੁਰੂਆਤ ਕਰਾਈ ਸੀਗੀ, ਇੱਕ ਬਠਿੰਡਾ ਚੌਂਕ ਹੈ ਜੀ, ਇੱਕ ਭਗਤ ਸਿੰਘ ਚੌਂਕ ਅਧੂਰੇ ਪਏ, ਉਹ ਕਦੋਂ ਤੱਕ ਪੂਰੇ ਹੋਣਗੇ? ਜਿੱਥੋਂ ਤੱਕ ਅਧੂਰੇ ਦੀ ਗੱਲ ਹੈ ਤਾਂ ਬਠਿੰਡਾ ਚੌਂਕ ਵੀ ਥੋੜ੍ਹਾ ਹੀ ਕੰਮ ਰਹਿੰਦਾ, ਅੱਜ ਸ਼ੁਰੂ ਕਰ ਦੇਵਾਂਗੇ ਅਸੀਂ, ਗਰੀਬ ਦੀ ਵੀ ਸ਼ੁਰੂ ਕਰ ਦੇਵਾਂਗੇ, 1 ਮਹੀਨੇ ਤੋਂ ਜ਼ਿਆਦਾ ਟਾਈਮ ਨਹੀਂ ਕਵਾਂਗੇ। ਥੈਂਕ ਯੂ ਮੈਡਮ, ਤੁਹਾਡੇ ਉੱਤਰ ਡਾਕਟਰ ਬਲਜੀਤ ਕੌਰ, ਡਾਕਟਰ ਬਲਜੀਤ ਕੌਰ, ਆਮ ਆਦਮੀ ਪਾਰਟੀ। ਸਮਾਂ ਮੇਰੇ ਸਾਥੀਆਂ ਨੂੰ ਇੱਦਾਂ ਗਾਲ ਨਾ ਕਰੋ, ਸਾਡੇ ਮਾਣਯੋਗ ਸਤਿਕਾਰਯੋਗ ਡਾਕਟਰ ਬਲਜੀਤ ਕੌਰ ਜੀ, ਕੈਬਨਿਟ ਮੰਤਰੀ ਪੰਜਾਬ, 2 ਮਿੰਟ ਲਈ ਤੁਹਾਡੇ ਰੂਬਰੂ ਹੋਣਗੇ, ਸੋ ਕਿਰਪਾ ਕਰਕੇ ਪਲੀਜ਼ ਸ਼ਾਂਤੀ ਨਾਲ ਉਹਨਾਂ ਦੇ ਵਿਚਾਰ ਸੁਣੀਏ। ਡਾਕਟਰ ਬਲਜੀਤ ਕੌਰ ਜੀ, ਕੈਬਨਿਟ ਮੰਤਰੀ ਪੰਜਾਬ।
ਸਰਦਾਰ ਜੀ ਸਾਈਡ ਤੇ ਆ ਜਾਓ अज के इस प्रोग्राम इकट्ठे हुए सारे मेरे भैन भरा मेरे बुजुर्ग और मैं लगता सिर्फ लोड तो नहीं मुक्तसर वाले भी आए गड़वाए तो भी आए होंगे क्योंकि जड़ा मसला सी बहुत वड्डा सी और लगता नहीं सी कि इन्हूं सिरे लाना इन्ना सौखा है क्योंकि जिन्नी बारी भी कोशिश की कदे कोई रुकावट कदे कोई रुकावट और लोगों के सवाल साढ़े ते हमेशा खड़े रहे कि यह कदों जो सड़क का मसला हल होगा भावें कि आप सारे जानते हैं कि यह प्रॉब्लम होती नहीं 15 साल की है और मैं लगता कि 3 सरकार बदल गया किसी ने जरूरत नहीं समझी भी लोगों जी दिक्कत आती है उसको पहल के तौर पर हल कर और आम आदमी पार्टी की सरकार आने जिहड़ा टीचा तुसी मैनूं दित्ता सी मेरी पूरी कोशिश रही सी कि उन्हूं छेती तो छेती हल कराइए और बार बार मैं सेंटर नाल भी कनैक्ट करती गई बार बार फाइलों नूं अगे पहुंचाउण च छेती कराउणी है किवें भी अपने पद्धर ते मैं पूरी कोशिश कीती लोकां नूं चाहे लगता होवे कि लारे सी पर अज इस चीज़ का सबूत भी मिल जाएगा कि यह जिहड़ियां एफर्ट्स आ ਉਹਨਾਂ ਦਾ ਰਿਜ਼ਲਟ ਅੱਜ ਸਾਡੇ ਸਾਹਮਣੇ ਆ ਗਿਆ ਅਸੀਂ ਉਹ ਦਰਖਤਾਂ ਦੀ ਕਟਾਈ ਤੋਂ ਇਹ ਕੰਮ ਸ਼ੁਰੂ ਕਰਨ ਜਾ ਰਹੇ ਹਾਂ ਔਰ ਮੈਂ ਇਹ ਵੀ ਦੱਸ ਦਵਾਂ ਕਿ ਜੇਕਰ ਕਿਸੇ ਦੇ ਮਨ 'ਚ ਭੁਲੇਖੇ ਨੇ ਵੀ ਇਹ ਕੋਈ ਧਰਨੇ ਮੁਜ਼ਾਹਰਿਆਂ ਨਾਲ ਹੱਲ ਹੋਇਆ ਤਾਂ ਇਸ ਤਰ੍ਹਾਂ ਕਦੇ ਨਹੀਂ ਹੁੰਦਾ ਇਹ ਹੱਲ ਹਮੇਸ਼ਾ ਐਫਰਟਸ ਕਰਨ ਨਾਲ ਹੁੰਦੇ ਨੇ ਪੈਦਲ ਯਾਤਰਾ ਤਾਂ ਮੈਂ ਵੀ ਕਰ ਸਕਦੀ ਸੀ ਜੇ ਇੱਧਰ ਹੀ ਸਰਕਾਰਾਂ ਮੰਨਦੀਆਂ ਹੁੰਦੀਆਂ ਤਾਂ ਮੈਂ ਵੀ ਰੋਜ਼ ਇੱਧਰੋਂ ਹੀ ਆਉਂਦੀ ਹਾਂ ਸੋ ਇਹ ਸਾਰਾ ਕੁਛ ਜਿਹੜਾ अपने आप नूं सियासी रंग देने दे लई कुछ लोग करते हुंदे ने अपने आप नूं हाईलाइट करन दे लई पर बहुत सोहना मान साहब ने साडी बांह फड़ी काम नूं सिरे चाढ़िया हले भी सवाल ने कि शायद दरख्त ही कट्टे जाणगे पर मैं तुहानूं दस देवां कि दरख्त कट्टण तों बाद PWD डिपार्टमेंट डेट अनाउंस करता हुंदा है कि 1-2 दिन बाद ही ओह सड़क हो जांदी इह सारी गल मैं बार बार कन्फर्म करके साडे काम च कोई रुकावट ना आवे सो थोड़े नाल वादा कि यह जिहड़ी सड़क एक बार शुरू हो गई काम तां इह असीं किसे तरह की रुकावट नहीं आउण देवांगे जिथे कितें रुकावट लगी जां किसे ने जान बुझ के भी करन की कोशिश की उसनूं आप जाके मैं हल भेजिया और मैं सारे लोगों नूं भी दिलों मुबारकबाद दिंदी हां कि थोड़िया कोशिशां ने थोड़िया एफर्ट्स ने तुसीं सही लोगों नूं अगे लैके आंदा जिन्हां ने थोड़ी गल सुनी जिन्हां ने इस चीज़ नूं जरूरी समझिया कि यह मसले जिहड़े आ पहल दे आधार ते होने चाहीदे ने तुसीं आम आदमी पार्टी नूं चुणिया सो तुसीं ही सारे वधाई दे पात्र हो थोड़ी सरकार है थोड़े कम है